ਸੁਨੀਲ ਜਾਖੜ ਹੋਰਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਹੈ ਔਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਭਾਜਪਾ ਉਮੀਦਵਾਰਾਂ ਦੇ ਉੱਤੇ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਹਮਲੇ ਹੋ ਰਹੇ ਨੇ ਔਰ ਜੇਕਰ ਇਸੇ ਤਰੀਕੇ ਦੇ ਨਾਲ ਹਮਲੇ ਹੁੰਦੇ ਰਹੇ ਤਾਂ ਫਿਰ ਜਿਹੜਾ ਵੋਟਰ ਜਿਨੇ ਬੀਜੇਪੀ ਨੂੰ ਵੋਟ ਪਾਣੀ ਹੈ ਉਹ ਕਿਵੇਂ ਵੋਟ ਪਾਏਗਾ? ਇਸ ਗੱਲ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਗਈ ਔਰ ਥੋੜੀ ਦੇਰ ਪਹਿਲਾਂ ਹੰਸਰਾਜ ਹੰਸੋਰਾਂ ਦੀ ਗੱਡੀ ਤੇ ਇੱਕ ਵਾਰ ਫਿਰ ਹਮਲਾ ਹੋਇਆ ਉਸ ਬਾਬਤ ਜਿੱਥੇ ਹੰਸਰਾਜ ਹੰਸ ਤੋਂ ਪੂਰੀ ਰਿਪੋਰਟ ਮੰਗੀ ਇਸੇ ਮਸਲੇ ਨੂੰ ਲੈ ਕੇ ਡੀਜੀ ਪੰਜਾਬ ਨੂੰ ਵੀ ਸ਼ਿਕਾਇਤ ਜਿਹੜੀ ਉਹ ਕੀਤੀ ਗਈ। ਸੁਨੀਲ ਜਾਖੜ ਹੋਰਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਜਾਖੜ ਸਾਹਿਬ, ਪ੍ਰਧਾਨ ਮੰਤਰੀ ਕੱਲ ਫੇਰੀ ਤੇ ਆਏ, ਅੱਜ ਫਿਰ ਪ੍ਰਧਾਨ ਮੰਤਰੀ ਪਹੁੰਚ ਰਹੇ ਨੇ, ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ, ਕੀ ਚਿੱਠੀ ਦੇ ਵਿੱਚ ਕਿਹਾ ਗਿਆ ਤੁਹਾਡੇ ਵੱਲੋਂ? ਦੇਖੋ, ਮੈਂ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਚਿੰਤਾ ਜ਼ਾਹਿਰ ਕੀਤੀ ਹੈ ਉਹ ਤਾਂ ਇੱਕ ਪਾਸੇ ਹੈ, ਪਰ ਸਭ ਤੋਂ ਪਹਿਲਾਂ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਤੇ ਗੌਰ ਕਰਨਾ ਪਊਗਾ ਤੇ ਜਿਹੜੇ ਕਿਸਾਨ ਸਾਥੀ ਹੈ, ਮੈਂ ਕਿਸਾਨਾਂ ਨਾਲ ਮੁਖਾਤਿਬ ਹੋ ਰਿਹਾ ਪੰਕਜ ਜੀ, ਮੈਂ ਇਹਨਾਂ ਜਿਹੜੇ ਅਖੌਤੀ ਲੀਡਰ ਬਣੇ ਫਿਰਦੇ ਆ, ਮੈਂ ਇਹਨਾਂ ਨਾਲ ਗੱਲ ਨਹੀਂ, ਮੈਂ ਸਮਝਦਾ ਵੀ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਹੈ, ਕਿਉਂਕਿ ਕਹਿੰਦੇ ਕੁਛ ਹੈ ਕਰਦੇ ਕੁਛ ਹੋਰ ਹੈ। ਅੱਜ ਫਿਰ ਦੁਬਾਰਾ ਤੋਂ ਹੰਸਰਾਜ ਹੰਸ ਦੀ ਉਹਨਾਂ 'ਤੇ ਕਾਤਲਾਨਾ ਹਮਲਾ ਹੋਇਆ, ਗੱਡੀ ਭੰਨੀ ਗਈ ਹੈ ਉੱਥੇ, ਕਿਰਪਾਨਾਂ ਅਤੇ ਡਾਂਗਾਂ ਨਾਲ ਉੱਥੇ ਹਮਲਾ ਹੋਇਆ। ਕੱਲ੍ਹ ਵੀ ਜਦੋਂ ਪ੍ਰਧਾਨ ਮੰਤਰੀ ਦੇ ਫੰਕਸ਼ਨ 'ਚ ਪਟਿਆਲਾ ਰਹੇ ਸੀ, ਉਸੇ ਕਿਸਮ ਦਾ ਉਹਨਾਂ 'ਤੇ ਹਮਲਾ ਹੋਇਆ ਅਤੇ SSP ਨੇ ਜਾ ਕੇ ਪਰਸਨਲ ਉੱਥੇ ਮੌਕੇ 'ਤੇ ਉਹਨਾਂ ਤੋਂ ਉਹਨਾਂ ਨੂੰ ਸੇਫ ਉੱਥੋਂ ਲੈ ਕੇ ਆਏ ਹੈ। ਆਹ ਲੋਕਤੰਤਰ ਵਾਸਤੇ ਅਤੇ ਮੈਂ ਸਮਝਦਾ ਕਿਸਾਨਾਂ ਦੀ ਇੱਕ ਜਿਹੜੀ ਲੋਕਾਂ ਦੇ ਅੰਦਰ ਭਾਵਨਾ ਹੈ, ਕਿਸਾਨਾਂ ਨਾਲ ਹਰੇਕ ਬੰਦਾ ਕਿਸਾਨੀ ਦੀ ਕਦਰ ਕਰਦਾ ਅਤੇ ਜਿਸ ਤਰ੍ਹਾਂ ਹੁਣ ਆਹ ਕੁਛ ਹੋ ਰਿਹਾ, ਕਿਸਾਨਾਂ ਨੂੰ ਬਦਨਾਮ ਕਰਵਾਇਆ ਜਾ ਰਿਹਾ, ਇਸੇ ਕਰਕੇ ਮੈਂ ਕਹਿ ਰਿਹਾ, ਮੈਂ ਕਿਸਾਨ ਸਾਥੀਆਂ ਨਾਲ ਡਾਇਰੈਕਟ ਉਹਨਾਂ ਤੋਂ ਅਪੀਲ ਕਰਨਾ ਚਾਹੁੰਦਾ, ਇਹਨਾਂ ਗੱਲਾਂ ਤੋਂ ਬਚੋ ਸਭ। ਲੀਡਰਾਂ ਦੇ ਆਪਣੇ ਮਨਸ਼ੇ ਹੋ ਸਕਦੇ, ਤੁਹਾਡੀ ਜਿਹੜੀ ਮੰਗ ਹੈ ਤੁਸੀਂ ਆਪਣਾ ਪ੍ਰੋਟੈਸਟ ਸ਼ਾਂਤੀਪੂਰਵਕ ਕਰੋ, ਕੋਈ ਇਸ ਮਸਲੇ ਨੂੰ ਨਹੀਂ ਰੋਕ ਰਿਹਾ, ਪਰ ਆਹ ਜੋ ਕੁਛ ਹੋ ਰਿਹਾ ਇਹਦੇ ਵਿੱਚ ਇਹਨਾਂ ਕਿਸਾਨ ਜਥੇਬੰਦੀਆਂ ਨੇ ਪੱਲਾ ਝਾੜ ਲੈਣਾ ਤੁਹਾਡੇ ਤੋਂ। ਤੁਸੀਂ ਯਾਦ ਕਰੋ ਜਿਹੜਾ ਦੀਪ ਸਿੱਧੂ ਚੜ੍ਹ ਗਿਆ ਸੀਗਾ ਉੱਥੇ ਲਾਲ ਕਿਲੇ 'ਤੇ, ਇਹਨਾਂ ਲੋਕਾਂ ਨੇ ਉਸੇ ਟਾਈਮ ਉਹਨੂੰ ਗੱਦਾਰ ਕਰਾਰ ਕਰਕੇ ਵੀ ਸਾਡਾ ਤਾਂ ਇਹਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਅਸੀਂ ਤਾਂ ਇਹਨੂੰ ਆਪਦੇ ਇੱਥੇ ਮੰਚ 'ਤੇ ਨਹੀਂ ਖੜਾ ਹੋਣ ਦਿੰਦੇ, ਇਹਨਾਂ ਨੇ ਪੱਲਾ ਝਾੜ ਲੈਣਾ ਨਾਲ ਦੀ ਨਾਲ। ਬਾਅਦ 'ਚ ਫਿਰ ਕਹਿੰਦੇ ਫਿਰਨਗੇ ਵੀ ਅਸੀਂ ਜੀ ਧਰਨਾ ਲਾਵਾਂਗੇ, ਅਸੀਂ ਰਿਹਾਈ ਕਰਵਾਉਣੀ ਹੈ। ਤੁਹਾਨੂੰ ਇੱਕ ਇਸਤੇਮਾਲ ਕੀਤਾ ਜਾ ਰਿਹਾ ਕਿਸਾਨਾਂ ਨੂੰ, ਅਤੇ ਇਹ ਮਸਲਾ ਜਿਹੜਾ ਹੈ ਕੁਛ ਲੋਕਾਂ ਨੇ ਕਿਸਾਨਾਂ ਦੀ ਭਾਵਨਾ ਦਾ ਫਾਇਦਾ ਉਠਾ ਕੇ ਆਪਣੀਆਂ ਦੁਕਾਨਾਂ ਖੋਲ੍ਹ ਰੱਖੀਆਂ, ਉਹਨਾਂ ਤੋਂ ਬਚੋ। ਤੁਹਾਡੀ ਜਿਹੜੀ ਜੈਨੂਇਨ ਮੰਗ, ਮੈਂ ਸਮਝਦਾ, ਮੈਂ ਕੱਲ੍ਹ ਪ੍ਰਧਾਨ ਮੰਤਰੀ ਦੇ ਸਾਹਮਣੇ ਗੱਲ ਹੀ ਆਈ ਕੀਤੀ ਵੀ ਸਾਡੀ ਫਸਲ ਬਚਾਓ, ਕਿਸਾਨ ਨੂੰ ਆਮਦਨ ਵਧਾਉਣ ਦੀ ਲੋੜ ਹੈ, ਅਸੀਂ ਧਰਤੀ ਤੋਂ ਜਿੰਨਾ ਕੁਛ ਕੱਢ ਸਕਦੇ ਸੀ ਕੱਢ ਲਿਆ, ਹੁਣ ਤਾਂ ਸਾਡਾ ਖੂਨ ਪਸੀਨਾ ਹੈ ਉਹ ਅਸੀਂ ਮੋੜੀ ਜਾਂਦੇ ਹਾਂ। MSP ਨਾਲ ਕਰ ਨਹੀਂ ਚੱਲਦਾ, ਛੋਟੇ 2 ਏਕੜ ਵਾਲੇ ਦਾ ਛੋਟਾ ਜਿਹੜਾ ਮਾਰਜਨਲ ਫਾਰਮਰ ਉਹਦਾ ਕਰ ਨਹੀਂ ਚੱਲਦਾ ਸਾਹਿਬ, MSP ਦੀ ਗਰੰਟੀ ਨਾਲ ਨਹੀਂ ਗੱਲ ਬਣਦੀ ਉਹਦੀ, ਉਹਨੂੰ ਕੁਛ ਹੋਰ ਇਨਕਮ ਦੇ ਸਾਧਨ ਚਾਹੀਦੇ। ਉਹ ਪ੍ਰਧਾਨ ਮੰਤਰੀ ਮੋਦੀ ਜੀ ਬਿਲਕੁਲ ਇਸ ਗੱਲ ਨਾਲ ਸਹਿਮਤ ਹੈ, ਪਰ ਆਹ ਮੈਂ ਨਹੀਂ ਸਮਝਦਾ ਵੀ ਗਰੰਟੀ ਨਾਲ ਕਿਸੇ ਦਾ ਫਾਇਦਾ ਹੁੰਦਾ ਤਾਂ ਮੈਂ ਸਵੇਰੇ ਗਰੰਟੀ ਕਰ ਲੈਂਦੇ ਸਾਹਿਬ। ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ, ਤੁਸੀਂ ਕੀ ਮੰਗ ਕੀਤੀ? ਤੁਸੀਂ ਇਹ ਕਿਹਾ ਕਿ ਮੰਗ ਮੈਂ ਕੀਤੀ ਹੈ ਵੀ ਇੱਕ ਪਾਸੇ ਤਾਂ ਇਲੈਕਸ਼ਨ ਕਮਿਸ਼ਨ ਸਾਰੇ ਦੇਸ਼ ਦੇ ਅੰਦਰ ਬਹੁਤ ਵੱਡੇ ਵੱਡੇ ਇਸ਼ਤਿਹਾਰ, ਕਈ ਉਹਨਾਂ ਨੇ ਆਪਣੇ ਬ੍ਰਾਂਡ ਅੰਬੈਸਡਰ ਕ੍ਰੀਏਟ ਕੀਤੇ ਆ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਵਾਸਤੇ ਵੀ ਜਾ ਕੇ ਵੋਟ ਜ਼ਰੂਰ ਪਾਓ, ਪਰ ਜੇ ਜੇ ਹਾਲਾਤ ਬਣੇ ਖੜੇ ਤੇ ਖਾਸ ਤੌਰ ਤੇ ਮੈਂ ਜਿਹੜਾ ਮੈਂਸ਼ਨ ਕੀਤਾ ਪਿੰਡਾਂ ਵਾਸਤੇ ਰਿਕੁਐਸਟ ਕੀਤੀ ਹੈ ਵੀ ਉੱਥੇ ਮਾਈਕਰੋ ਲੈਵਲ, ਮੈਕਰੋ ਲੈਵਲ ਤੇ ਮਾਈਕਰੋ ਲੈਵਲ ਹਰੇਕ ਕਿਸਮ ਦਾ, ਜਿੱਥੇ ਬੂਥ ਦੇ ਉੱਤੇ ਵੀਡੀਓਗ੍ਰਾਫੀ ਹੋਵੇ, ਪਰ ਬੂਥ ਤੇ ਤਾਂ ਉਦੋਂ ਵੀਡੀਓਗ੍ਰਾਫੀ ਦੀ ਨੌਬਤ ਆਊਗੀ ਪੰਕਜ ਜੀ ਜਦੋਂ ਕੋਈ ਵੋਟ ਪਾਉਣ ਵਾਲਾ ਉੱਥੇ ਤੇ ਪਹੁੰਚ ਸਕੂਗਾ। ਜੇ ਕਿਤੇ ਰਾਹ 'ਚ ਜਿਵੇਂ ਲੀਡਰਾਂ ਨੂੰ ਨਾਕੇ ਲਾਈ ਬੈਠੇ, ਉਹਨਾਂ ਨੂੰ ਪਤਾ ਲੱਗਿਆ ਵੀ ਇਸ ਬਸਤੀ 'ਚੋਂ ਜਾਂ ਇੱਧਰਲੇ ਪਾਸਿਓਂ ਜਿਹੜਾ ਗਰੀਬਾਂ ਦਾ ਕੋਈ ਮਹੱਲਾ ਹੈ ਜਾਂ ਜਿਹੜੇ ਲੋਕ ਆਪਣੇ ਆਪ ਨੂੰ ਸਮਝਦੇ ਆ ਵੀ BJP ਸਾਡੀ ਗੱਲ ਕਰਦੀ ਹੈ, ਘੱਟੋ ਘੱਟ ਰਾਸ਼ਨ ਤਾਂ ਆ ਰਿਹਾ ਸਾਡੇ ਕੋਲ, ਹਰ ਅਗਲੇ 5 ਸਾਲ ਰਾਸ਼ਨ ਆਉਣਾ,
ਉਹਨਾਂ ਨੇ ਆ ਕੇ ਜੇ ਮੋਦੀ ਸਾਹਿਬ ਦੇ ਬੀਜੇਪੀ ਨੂੰ ਵੋਟਾਂ ਪਾਣੀਆਂ ਉਹਨਾਂ ਨੂੰ ਨਿਕਲ ਨਹੀਂ ਦੇਣਾ ਉੱਥੋਂ। ਜੇ ਉੱਥੇ ਰਸਤੇ ਚ ਧਰਨਾ ਲਾ ਕੇ ਬਹਿ ਗਏ ਵੇਸ ਤਾਂ ਨਹੀਂ ਜਾਣ ਦਿੰਦੇ, ਗਲੀ ਰੋਕ ਕੇ ਬਹਿ ਗਏ, ਫਿਰ ਕੌਣ ਜ਼ਿੰਮੇਵਾਰ? ਜਿਹੜੇ ਭਾਜਪਾ ਨੂੰ ਵੋਟ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਰੋਕਿਆ ਜਾਏਗਾ? ਤੁਸੀਂ ਇਸ ਗੱਲ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਹੋ ਕਿ ਭਾਜਪਾ ਨੂੰ ਵੋਟ ਨਹੀਂ ਪਏਗੀ? ਮਾਹੌਲ ਇੱਕ ਇਸ ਕਿਸਮ ਦਾ ਕ੍ਰੀਏਟ ਕਰਤਾ ਸਾਹਿਬ, ਇੱਕ ਆਤੰਕ ਦਾ ਮਾਹੌਲ ਕ੍ਰੀਏਟ ਕਰਤਾ ਵੀ ਅਸੀਂ ਤਾਂ ਤੁਹਾਡਾ ਲੀਡਰ ਕੁੱਟਤਾ, ਤੁਹਾਨੂੰ ਨੇੜੇ ਲੱਗਣ ਦੇਣਾ, ਇਹ ਅੱਛਾ ਨਹੀਂ ਹੈ ਸਾਹਿਬ। ਆਹ ਜਿਹੜਾ ਫਰਕ ਪਾ ਰਹੇ ਹੈ ਆਹ ਬਹੁਤ ਹੀ ਕੋਝੀ ਖੇਡ ਹੈ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਸਾਨਾਂ ਨੂੰ, ਜਿਹੜੇ ਲੀਡਰ ਸਾਹਿਬਾਨ ਆ ਉਹਨਾਂ ਦੇ ਆਪਣੇ ਨਿੱਜੀ ਕੋਈ ਹਿੱਤ ਹੋ ਸਕਦੇ ਹੈ, ਉਹ ਆਪਣਾ ਦੇਖਣ, ਪਰ ਜਿਹੜੇ ਕਿਸਾਨ ਹੈ ਉਹ ਸਭ ਇਹਨਾਂ ਦੇ ਚੱਕਰ 'ਚ ਨਾ ਆਣ, ਆਪਣਾ ਦੇਖ ਕੇ ਸੋਚ ਸਮਝ ਕੇ ਜੀ ਤੁਹਾਡਾ ਬੀਜੇਪੀ ਨਾਲ ਨਹੀਂ ਤੁਹਾਡੀ ਸਹਿਮਤੀ ਖਿਲਾਫ਼ ਵੋਟ ਪਾਓ। ਪਰ ਇਸ ਤਰ੍ਹਾਂ ਆਹ ਜੋ ਕੁਛ ਕਰ ਰਹੇ ਹੋ ਲੋਕਤੰਤਰ ਦੇ ਖਿਲਾਫ਼ ਹੈ, ਲੋਕਤੰਤਰ ਦੀ ਭਾਵਨਾ ਦੇ ਖਿਲਾਫ਼ ਹੈ, ਅਤੇ ਮੈਂ ਸਮਝਦਾ ਬੇਸਿਕ ਕਿਸਾਨੀ ਦੀ ਜਿਹੜੀ ਭਾਵਨਾ ਹੈ ਉਹਦੇ ਖਿਲਾਫ਼ ਹੈ ਸਭ। ਕੱਲ੍ਹ ਤੁਸੀਂ ਇਹ ਵੀ ਕਿਹਾ ਸੀ ਕਿ ਜਿਹੜੇ ਕਿਸਾਨ ਲੀਡਰ ਨੇ ਇਹਨਾਂ ਨੇ ਇਲੈਕਸ਼ਨ ਲੜ ਕੇ ਦੇਖ ਲਿਆ, ਇਲੈਕਸ਼ਨ ਲੜ ਲੈਣ ਫਿਰ ਸਿੱਧਾ ਇਲੈਕਸ਼ਨ ਲੜ ਕੇ ਦੇਖ ਲੈਣ, ਪਹਿਲਾਂ ਵੀ ਜ਼ਮਾਨਤਾਂ ਇਹਨਾਂ ਦੀਆਂ ਜ਼ਬਤ ਹੋਈਆਂ ਸੀ, ਲੜ ਹੀ ਰਹੇ ਸਾਹਿਬ। ਇੱਥੇ ਮੈਂ ਕੱਲ੍ਹ ਦੇਖਿਆ ਇੱਥੇ ਲੀਡਰਾਂ ਨਾਲ ਤੁਰੇ ਫਿਰਦੇ ਕਿਸਾਨ ਜਥੇਬੰਦੀਆਂ, ਉਹ ਜਿਹੜੇ ਲੀਡਰ ਹੈ ਉਹ ਨਾਲ ਉਹਨਾਂ ਦੇ ਝੰਡੇ ਚੱਕੀ ਫਿਰਦੇ, ਲੋਕ ਗੁੰਮਰਾਹ ਕਰ ਰਹੇ ਸਾਹਿਬ। ਇੱਥੇ ਸੀਗੇ ਕਾਂਗਰਸ ਦੇ, ਦੇਖ ਲਓ ਕਾਂਗਰਸ ਇੱਥੇ ਸੀਗੀ, ਸਵਾਮੀਨਾਥਨ ਰਿਪੋਰਟ ਹੁਣ ਗਰੰਟੀ ਕਰੀ ਜਾਂਦੇ ਵੀ ਅਸੀਂ ਲਾਗੂ ਕਰ ਦਿਆਂਗੇ, ਉਦੋਂ ਕਿਹਨੇ ਕਲਮ ਰੋਕ ਰੱਖੀ ਸੀ ਸਾਹਿਬ? ਜਦੋਂ ਆਈ ਹੈ ਇਸ ਗੱਲ ਨੂੰ, ਅੱਜ ਉਹਦੇ ਬਾਅਦ ਇਹਨਾਂ ਕੋਲ ਮੇਰੇ ਖਿਆਲ 8 ਸਾਲ ਉਹਦੇ ਬਾਅਦ ਰਾਜ ਰਿਹਾ ਸਾਡੇ, ਆਹ ਕਾਂਗਰਸ ਪਾਰਟੀ ਸੀਗੀ, ਨਹੀਂ ਤਾਂ ਕੀਤਾ ਤਾਂ ਨਹੀਂ ਸਾ। ਕਰਜ਼ੇ ਮਾਫ਼ੀ ਦੀ ਗੱਲ ਕਰਦੇ, 1,70,000 ਕਰੋੜ ਦਾ ਕਰਜ਼ਾ ਮਾਫ਼ ਹੋਇਆ ਸਾ, 1,300 ਇੱਕ ਵਾਰੀ, ਅਤੇ ਹੁਣ ਹਰ ਸਾਲ 60,000 ਕਰੋੜ ਰੁਪਇਆ ਮੋਦੀ ਜੀ ਡਾਇਰੈਕਟ ਹਰੇਕ ਦੇ ਖਾਤੇ 'ਚ ਪਾ ਰਹੇ, ਜਿਹਨੇ ਕਰਜ਼ਾ ਲਿਆ ਨਹੀਂ ਲਿਆ। ਦੇਖੋ ਪੰਕਜ ਜੀ, ਆਹ ਸਮਝਾਉਣ ਵਾਲੀਆਂ ਗੱਲਾਂ, ਕਿਸੇ ਤਾਂ ਬੈਠ ਕੇ ਕਈ ਲੋਕਾਂ ਨੇ ਕਰਜ਼ੇ ਲੈ ਲਏ, ਚਲੋ ਉਹਨਾਂ ਦੇ ਮੋੜੇ ਜਾਣ, ਪਰ ਕਿਹੜੇ ਉਹਨਾਂ ਨੇ ਕੀ ਗੁਨਾਹ ਕਰ ਲਿਆ ਸਾਹਿਬ ਜਿਨ੍ਹਾਂ ਨੇ ਕਰਜ਼ੇ ਲਏ ਨਹੀਂ? ਉਹਨਾਂ ਨੂੰ ਕੀ ਫਾਇਦਾ ਇਸ ਗੱਲ ਦਾ ਸਾਹਿਬ? ਉਸ ਗੱਲ ਨੂੰ ਸਮਝ ਕੇ ਮੋਦੀ ਜੀ ਨੇ ਸਾਰੇ ਜਿਹੜੇ ਕਿਸਾਨ ਹੈ ਸਾਰੇ ਕਿਸਾਨਾਂ ਦੇ ਖਾਤਿਆਂ 'ਚ ਉਹਨਾਂ ਦੇ ਸਿੱਧੇ 6,000 ਰੁਪਏ ਮਹੀਨੇ ਦਾ ਉਹਦਾ ਆ ਜੇ। ਹੁਣ ਤਾਂ ਇਹ ਸਾਹਿਬ ਜੇ ਤੁਸੀਂ ਦੇਖੋ 5 ਸਾਲ ਹੋ ਗਏ, 6,000 ਰੁਪਏ, 30,000 ਰੁਪਇਆ ਤਾਂ ਉੱਤਰ ਗਿਆ ਜੀ ਕਰਜ਼ਾ। ਜੇ 15 ਲੱਖ ਕਿਸਾਨਾਂ ਦੇ ਜਿਹੜੇ 6,000 ਰੁਪਏ ਵਾਲੀ ਸਕੀਮ ਹੈ ਰੋਕੀ ਬੈਠੇ ਭਗਵੰਤ ਮਾਨ ਜੀ ਅਤੇ ਕਾਂਗਰਸ ਵਾਲੇ ਰਲ ਕੇ ਦੋਨੋਂ ਇਕੱਠੇ ਹੈ, ਇਹਨਾਂ ਦੇ ਨਾਲ ਕਿਸਾਨ ਹੋਏ ਖੜੇ, ਵੀ ਤੁਸੀਂ ਆਪਦੀ ਘਾਣ ਕਰੀ ਜਾਂਦੇ ਹੋ। 15 ਲੱਖ ਕਿਸਾਨ ਹੈ ਜਿਨ੍ਹਾਂ ਦੇ ਖਾਤਿਆਂ 'ਚ ਡਾਇਰੈਕਟ 30,000 ਰੁਪਇਆ ਪਿਛਲੇ 5-6 ਸਾਲਾਂ 'ਚ ਆ ਜਾਣਾ ਸੀਗਾ, ਉਹਨਾਂ ਦਾ ਉਹਨਾਂ ਨੂੰ ਕਿਉਂ ਰੋਕ ਰੱਖਿਆ? ਤੇ ਉਹੀ ਇਹਨਾਂ ਨੇ ਗੁਣਗਾਣ ਗਾਈ ਜਾਂਦੇ ਵੀ ਕਾਂਗਰਸ ਸਾਨੂੰ ਗਰੰਟੀ ਕਰਜ਼ੇ ਮਾਫ਼ ਕਰੂਗੀ। ਹੰਸਰਾਜ ਹੰਸੋ ਰਾਣਾ ਗੱਲਬਾਤ ਕੀਤੀ, ਅੱਜ ਵੀ ਗੱਡੀ ਭੰਨੀ ਗਈ, ਡੀਜੀ ਪੰਜਾਬ ਨੂੰ ਤੁਸੀਂ ਸ਼ਿਕਾਇਤ ਕੀਤੀ? ਸ਼ਿਕਾਇਤ ਨਹੀਂ ਸਾਹਿਬ, ਮੈਂ ਕਿਹਾ ਹੋ ਕੀ ਰਿਹਾ ਤੁਸੀਂ? ਸਿਕਿਉਰਿਟੀ ਜ਼ਿਆਦਾ ਮੰਗੀ ਕਿ ਹੋਰ ਸੁਰੱਖਿਆ ਦਿੱਤੀ ਸਾਹਿਬ? ਜੋਬ ਤੁਸੀਂ ਪੁਲਿਸ ਦਾ ਕੰਮ ਹੈ ਟੂ ਇਨਸ਼ੋਰ ਸੇਫਟੀ ਆਫ ਦਾ ਕੈਂਡੀਡੇਟ ਔਰ ਸੇਫਟੀ ਆਫ ਐਵਰੀਬਡੀ ਸਾਹਿਬ, ਸੇਫ ਪੈਸੇਜ। ਇਲੈਕਸ਼ਨ ਕਮਿਸ਼ਨ ਨੇ ਹਦਾਇਤਾਂ ਕਰਤੀਆਂ, ਉਹਦੇ ਬਾਵਜੂਦ ਤੁਸੀਂ ਇਸ ਤਰ੍ਹਾਂ ਰੋਜ਼ ਹਮਲੇ ਹੋ ਰਹੇ, ਤੇ ਤੁਸੀਂ ਬੈਠੇ ਦੇਖੀ ਜਾਂਦੇ ਹੋ, ਦਿਸ ਇਜ਼ ਨਾਟ ਐਕਸੈਪਟੇਬਲ ਸਾਹਿਬ, ਦਿਸ ਇਜ਼ ਨਾਟ। ਉਹ ਕਹਿ ਰਹੇ ਅਸੀਂ ਕਰ ਰਹੇ ਹਾਂ ਜੀ, ਅਸੀਂ ਹੋਰ ਸਿਕਿਉਰਿਟੀ ਲਾਤੀ, ਪਰ ਸਿਕਿਉਰਿਟੀ ਲਾਈ ਹੈ, ਕੱਲ ਹਮਲਾ ਹੋਇਆ, ਅੱਜ ਫੇਰ ਹਮਲਾ ਹੋ ਗਿਆ, ਇਹ ਜੀ ਸਿਕਿਉਰਿਟੀ ਕਿਸ ਕੰਮ ਦੀ ਸਾਹਿਬ? ਤੁਸੀਂ ਪ੍ਰਧਾਨ ਮੰਤਰੀ ਦੇ ਨਾਲ ਸਟੇਜ ਸਾਂਝੀ ਕਰ ਰਹੇ ਸੀ, ਤੁਸੀਂ ਤੁਹਾਡੇ ਹੱਥ 'ਚ ਕਾਗਜ਼ ਸੀਗੇ, ਕੋਈ ਚਿੱਠੀ ਸੀਗੀ, ਕੋਈ ਡਾਕੂਮੈਂਟ ਸੀਗੇ, ਉਹ ਚਿੱਠੀ ਕੀ ਸੀਗੀ? ਉਸ ਦੇ ਵਿੱਚ ਕੋਈ ਮੰਗਾਂ ਰੱਖੀਆਂ ਸੀ? ਉਸ ਦੇ ਵਿੱਚ ਕੀ ਗੱਲਬਾਤ ਸੀਗੀ? ਉਹ ਉੱਥੇ ਸਟੇਜ ਤੇ ਮੰਗਾਂ, ਮੈਂ ਮੰਗਾਂ ਤਾਂ ਪਬਲਿਕਲੀ ਜਿਹੜੀ ਗੱਲ ਕੀਤੀ, ਉਹ ਕਈ ਇਸ਼ੂ ਸੀਗੇ ਜਿਹੜੇ ਉਹਨਾਂ ਦੇ ਧਿਆਨ 'ਚ ਲੈ ਕੇ ਆਉਣੇ ਸੀ, ਵਿੱਚ ਜਿਹੜੇ ਮੇਰੇ ਨੋਟਿਸ 'ਚ ਆਏ ਸੀ, ਆਈ ਵਾਂਟਡ ਹਿਮ ਉਹਨਾਂ ਦੇ ਆਫਿਸ ਟੂ ਐਗਜ਼ਾਮਿਨ ਜਾਂ ਦੇਖ ਕੇ ਤੇ ਇਹਦੇ 'ਤੇ ਕਾਰਵਾਈ ਬਣਨੀ ਚਾਹੀਦੀ ਸੀਗਾ। ਜੇ ਉਹ ਚਿੱਠੀ ਤੁਸੀਂ, ਮੈਂ ਦੇਖਿਆ 5-6 ਪੰਨੇ ਸੀਗੇ, ਮੈਂ ਕੱਲ ਸਟੇਜ ਦੇ ਕੋਲ ਸੀਗਾ, ਕੀ ਸੀਗਾ ਉਸ? ਦੇਖੋ ਉਹਨਾਂ 'ਚ ਮੈਂ ਨਹੀਂ ਡਿਸਕਸ ਕਰ ਸਕਦਾ ਟਿਲ ਸੱਚ ਟਾਈਮ ਵੀ ਉਹਦੇ 'ਤੇ ਕੋਈ ਉਹ ਆਪਣਾ ਵਿਊ ਬਣਾ ਲੈਣ, ਬਿਕੋਜ਼ ਆਈ ਵਾਂਟਡ ਉਹਨਾਂ ਦੇ ਆਫਿਸ ਟੂ ਐਗਜ਼ਾਮਿਨ ਦੋਜ਼ ਡਾਕੂਮੈਂਟਸ, ਵੀ ਆਹ ਦੇਖ ਕੇ ਆਹ ਜੋ ਕੁਛ ਹੋ ਰਿਹਾ
ਪੰਜਾਬ ਵਾਸਤੇ ਸ਼ੁਭ ਅੱਛੇ ਨਿਸ਼ਾਨ ਹੈ ਨਹੀਂ। ਤੁਸੀਂ ਕੱਲ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਕਿ ਬਹੁਤ ਸਾਰੀਆਂ ਉਮੀਦਾਂ ਤੁਹਾਡੇ ਕੋਲੋਂ ਹੈ, 2027 ਸਰਕਾਰ ਬਣ ਸਕਦੀ ਹੈ, ਪੰਜਾਬ ਦੀ ਨਸਲ ਤੇ ਫਸਲ ਬਚਾਣੀ ਹੈ, ਉਸ ਵੇਲੇ ਡਾਕੂਮੈਂਟ ਤੁਹਾਡੇ ਹੱਥ ਚ ਸੀਗੇ, ਜੇ ਤੁਸੀਂ ਥੋੜਾ ਜਿਹਾ ਦੱਸ ਸਕੋ। ਦੇਖੋ ਨਸਲ ਦੀ ਜਦੋਂ ਮੈਂ ਗੱਲ ਕਰਦਾ, ਚਿੱਟੇ ਦਾ ਕੰਮ ਸਭ ਆ ਚਿੱਟਾ ਸਾਹਮਣੇ ਵਿਕ ਰਿਹਾ, ਆਹ ਕੋਈ ਸਰਕਾਰਾਂ ਦਾ ਕੰਮ ਹੈ? ਸਭ ਇਸ ਤਰ੍ਹਾਂ ਬੈਠੇ ਦੇਖੀ ਜਾਂਦੇ ਵੀ ਤੁਸੀਂ ਤੁਹਾਡਾ ਜਿਵੇਂ ਮੇਰਾ ਤਾਂ ਕੋਈ ਲੈਣ ਦੇਣਾ ਨਹੀਂ, ਵੀ ਮੈਂ ਤਾਂ ਬਰਾਤ ਚ ਕਿਸੇ ਦੀ ਬਰਾਤ ਚ ਹੈ। ਸਾਹਿਬ ਭਗਵੰਤ ਮਾਨ ਜੀ, ਤੁਸੀਂ ਅੱਜ ਦੇ ਦਿਨ ਧਨੀ ਹੋ ਇਸ ਪੰਜਾਬ ਦੀ ਸਟੇਟ ਦੇ, ਯੂ ਆਰ ਰਨਿੰਗ ਦਿਸ ਗਵਰਨਮੈਂਟ, ਕਿੱਥੋਂ ਇਸ ਤੋਂ ਭੱਜ ਨਹੀਂ ਸਕਦੇ ਤੁਸੀਂ। ਅੱਜ ਜੋ ਕੁਛ ਗਾਣੇ ਗੁਣੇ ਵਜਾਣੇ ਬਾਅਦ ਚ ਕਰ ਲਿਓ, ਪਹਿਲਾਂ ਬਥੇਰਾ ਕੀਤਾ ਲੋਕਾਂ ਨੇ, ਤੋਰ ਦੇਣਾ ਕਰਿਓ ਉਹਦੇ ਬਾਅਦ ਆਹੀ ਕੰਮ ਕਰਿਓ। ਪਰ ਅੱਜ ਜਦੋਂ ਤੁਸੀਂ ਬੈਠੇ ਹੋ, ਤੁਹਾਡਾ ਫਰਜ਼ ਬਣਦਾ ਵੀ ਬੱਚਿਆਂ ਦੇ ਜਿਹੜਾ ਭਵਿੱਖ ਹੈ, ਉਹਨਾਂ ਦੇ ਮਾਪੇ ਇਸ ਗੱਲੋਂ ਪਰੇਸ਼ਾਨ ਹੈ। ਤੁਸੀਂ ਦੇਖਿਆ ਕਿਸ ਤਰ੍ਹਾਂ ਪਿੰਡਾਂ 'ਚ ਠੀਕਰੀ ਪੈਰੇ ਲੱਗਦੇ ਰਹੇ ਹੈ, ਇਹ ਗੱਲਾਂ ਸਭ ਸਹਿ ਸੀਗੀਆਂ, ਪਰ ਉਹਨਾਂ ਦਾ ਡਾਕੂਮੈਂਟ ਜਿਹੜਾ ਸੀਗਾ ਇਹਦੇ ਨਾਲ ਕੋਈ ਲੈਣਾ ਦੇਣਾ। ਪ੍ਰਧਾਨ ਮੰਤਰੀ ਥੋੜੀ ਦੇਰ 'ਚ ਦੁਬਾਰਾ ਆ ਰਹੇ, ਜਲੰਧਰ ਆ ਰਹੇ ਹੈ, ਇੱਕ ਤੁਸੀਂ ਤਸਵੀਰ ਮੈਂ ਦਰਸ਼ਕਾਂ ਨੂੰ ਦਿਖਾਉਣਾ ਵੀ ਚਾਹੂੰਗਾ, ਇਹ ਤਸਵੀਰ ਕੀ ਹੈ ਔਰ ਇਹ ਤਸਵੀਰ ਤੁਸੀਂ ਉਹਨਾਂ ਨੂੰ ਭੇਟ ਕਰੋਗੇ? ਆ ਤਸਵੀਰ ਦੇਖੋ, ਕੱਲ ਜਦੋਂ ਮੈਂ ਗੱਲ ਕੀਤੀ ਸੀ, ਸਭ ਬਹੁਤ ਜਿਹੜਾ ਕੋਈ ਹਰੇਕ, ਮੈਂ ਪਹਿਲਾਂ ਗੱਲ ਆਈ ਚੱਲੂ, ਹਰੇਕ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ। ਦੇਖੋ ਸਾਰਿਆਂ ਨੂੰ ਪਤਾ ਹੈ ਵੀ ਕਰਤਾਰਪੁਰ ਲਾਂਘਾ ਮੋਦੀ ਜੀ ਦੇ ਉਹਨਾਂ ਦੇ ਨਾਲ ਖੁੱਲਿਆ, ਉੱਥੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪਰਬ ਮਨਾਇਆ ਗਿਆ ਲਾਲ ਕਿਲ੍ਹੇ ਦੇ ਉੱਤੇ, ਹੇਮਕੁੰਡ ਸਾਹਿਬ ਉੱਥੇ ਰੋਪਵੇ ਬਣ ਰਿਹਾ ਵੀ ਲੋਕਾਂ ਨੂੰ ਜਿਹੜੇ ਸ਼ਰਧਾਲੂ ਜਾ ਰਹੇ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ, ਹਰੇਕ ਸੀਜ਼ਨ 'ਚ ਉੱਥੇ ਜਾ ਸਕਣ। ਉੱਥੇ ਹੀ ਮੈਂ ਗੱਲ ਕੀਤੀ ਜਿਹੜਾ ਉਹਨਾਂ ਨੇ ਕੰਮ ਕੀਤਾ ਸਾਹਿਬ, ਮੈਂ ਕਿਸੇ ਸੰਸਥਾ ਦਾ ਨਾਂ ਲੈ ਕੇ ਕਿਸੇ ਨੂੰ ਕੁਛ ਨਹੀਂ ਉਸ ਲਾਈਟ 'ਚ ਨਹੀਂ ਦਿਖਾਉਣਾ ਚਾਹੁੰਦਾ, ਪਰ ਜਿਹੜਾ ਕੰਮ ਜਿਸ ਕੰਮ ਵਾਸਤੇ ਸੰਸਥਾਵਾਂ ਬਣੀਆਂ ਸੀਗੀਆਂ ਵੀ ਪੰਥ ਦੇ ਕੰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰੀਏ, ਉਹ ਕੰਮ ਉਹ ਸ਼ਾਇਦ ਉਹਨਾਂ ਨਹੀਂ ਕਰ ਸਕੀਆਂ ਜਿੰਨੀ ਮੋਦੀ ਸਾਹਿਬ ਨੇ ਕਰਤਾ। ਵੀ ਸਾਹਿਬਜ਼ਾਦਿਆਂ ਦੀ ਜਿਹੜੀ ਲਾਸਾਨੀ ਸ਼ਹਾਦਤ ਸੀਗੀ, ਜਿਸ ਤੋਂ ਉਹ ਤਾਂ ਮੋਦੀ ਸਾਹਿਬ ਨੇ ਕੱਲ੍ਹ ਕਿਹਾ, ਪੰਜਾਬ ਦੇ ਕਈ ਲੋਕਾਂ ਨੂੰ ਅਜੇ ਨਹੀਂ ਸੀ ਪਤਾ ਵੀ ਆਹ ਐਡਾ ਵੱਡਾ ਇੱਕ ਬਾਲ ਦਿਵਸ, ਵੀਰ ਬਾਲ ਦਿਵਸ ਨੂੰ ਲੈ ਕੇ। ਮੈਂ ਕਿਹਾ ਜੀ ਹੁਣ ਸਾਰੇ ਦੁਨੀਆਂ ਦੇ ਅੰਦਰ ਤੁਸੀਂ ਕਰਵਾਇਆ, ਤੁਸੀਂ ਉਹ ਕੰਮ ਕਰਤਾ ਜਿਹੜੀ ਇਹ ਸੰਸਥਾਵਾਂ ਨਹੀਂ ਕਰ ਸਕੀਆਂ, SGPC ਨਹੀਂ ਕਰ ਸਕੀ ਜੇ ਸਿੱਧਾ ਕੰਮ, ਉਹ ਜਿਹੜੇ ਜਿਹੜੇ ਪੰਥ ਦਾ ਕੰਮ ਹੈ ਸਭ, ਧਾਰਮ ਦਾ ਕੰਮ ਹੈ, ਮੈਂ ਇੰਟਰਫੇਅਰ ਨਹੀਂ ਕਰਦਾ, ਪਰ ਮੈਂ ਸਮਝਦਾ ਵੀ ਉਹਨਾਂ ਨੇ ਇੱਕ ਬਹੁਤ ਵੱਡਾ ਇਹ ਕੰਮ ਦਿਲੋਂ ਉੱਠਦੇ ਆ ਸਭ, ਇਹ ਕੋਈ ਆ ਕੇ ਕੰਨ 'ਚ ਨਹੀਂ ਫੂਕ ਮਾਰਦਾ ਜੀ ਇਹੀ ਕਰਵਾ। ਦੇ ਸ਼ਹਾਦਤ ਦੀ ਗੱਲ ਕਰਦੇ ਹਾਂ, ਉੱਥੇ ਸਭ ਦੀਵਾਨ ਟੋਡਰਮੱਲ ਜੀ ਦਾ ਨਾਂ ਆਉਣਾ ਬੜਾ ਜ਼ਰੂਰੀ ਹੈ। ਮੈਂ ਤਾਂ ਸਰਕਾਰ ਨਿਕੰਮੀ ਹੈ ਸਾਹਿਬ, ਪਹਿਲਾਂ ਵੀ ਸਰਕਾਰਾਂ ਨੇ ਨਹੀਂ ਗੌਰ ਕੀਤਾ, ਦੀਵਾਨ ਟੋਡਰਮੱਲ ਦੀ ਹਵੇਲੀ ਜਾ ਕੇ ਦੇਖੋ, ਉਹ ਇੱਕ ਆਪਣੇ ਆਪ 'ਚ ਇੱਕ ਮੈਂ ਸਮਝਦਾ ਕਿ ਸ਼ਰਧਾ ਦੇ ਸਥਾਨ ਹੈ, ਲੋਕ ਉੱਥੇ ਜਾ ਕੇ ਦੇਖਣ ਵੀ ਕਿਸ ਤਰ੍ਹਾਂ ਅੱਜ ਜਿੱਥੇ ਪੰਜਾਬ ਦੇ ਅੰਦਰ ਹਿੰਦੂ ਸਿੱਖ ਭਾਈਚਾਰੇ 'ਚ ਦਰੜਾਂ ਪਾਉਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਇੱਕੋ ਜਿਹੀ ਸੋਚ ਦੇ ਨਾਲ, ਉੱਥੇ ਆਹ ਤੁਸੀਂ ਦੇਖੋ ਵੀ ਉਹਨੇ ਸਭ ਤੋਂ ਮਹਿੰਗੀ ਜ਼ਮੀਨ ਦੁਨੀਆ ਦੀ ਉਸ ਵੇਲੇ ਸੀਗੀ, ਔਰ ਥੱਲੇ ਕੋਈ 17 ਵੀ ਨੇ ਜਿਹੜੀਆਂ ਲਿਖੀਆਂ। ਬਿਲਕੁਲ ਸਾਹਿਬ, ਕਹਿੰਦਾ ਮੇਰਾ ਦਾ ਮਾਲਕ ਦਾ ਦਿੱਤਾ ਸਾਹਿਬ, ਮਾਲਕ ਨੂੰ ਹੀ ਅਸੀਂ ਦੇ ਰਹੇ ਹਾਂ, ਤੁਸੀਂ ਦੇਖੋ ਮੇਰਾ ਮਨ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਇਹ ਸੋਚ ਹੈ ਸਾਹਿਬ, ਇੱਕ ਭਾਵਨਾ, ਇੱਕ ਤਿਆਗ ਦੀ, ਇੱਕ ਸਮਰਪਣ ਦੀ, ਗੁਰੂ ਮਹਾਰਾਜ ਦੇ ਕੰਨੀ ਉਹਨਾਂ ਨੇ ਆਪਣਾ ਸਾਰਾ ਕੁਛ, ਤੇ ਉਹਨਾਂ ਨੇ ਕਹਿੰਦੇ ਜਿਹਦੇ ਬਾਅਦ ਕਿਤੇ ਉਹਨਾਂ ਦੇ ਵੀ ਮੇਰਾ ਨਾਮ ਨਾ ਕਿਤੇ ਆਵੇ, ਕਿਉਂਕਿ ਮੈਂ ਕੋਈ ਅਹਿਸਾਨ ਨਹੀਂ ਕਰ ਰਿਹਾ, ਮੈਂ ਤਾਂ ਮੇਰਾ ਫਰਜ਼ ਬਣਦਾ। ਇਸ ਭਾਵਨਾ ਨਾਲ ਆਹ ਭਾਵਨਾ 'ਚ ਖਤਮ ਹੋ ਗਈ ਸਭ, ਇਹਨਾਂ ਨੂੰ ਲੋਕਾਂ 'ਚ ਜਾਗਰਿਤ ਕਰਨਾ ਪਊਗਾ। ਇਹ ਜਿਹੜੇ ਸਫੇਦ ਰੰਗ ਦੇ ਕੱਪੜੇ ਪਾ ਕੇ ਬੁਗਲੇ ਬਣੇ ਫਿਰਦੇ ਆ ਸਾਹਿਬ, ਇਹ ਅੰਦਰੋਂ ਕਾਲਾ ਰੰਗ ਇਹਨਾਂ ਦੇ ਜ਼ਹਿਰ ਭਰਿਆ ਹੋਇਆ। ਕਿਸ ਦਾ ਜ਼ਿਕਰ ਕਰ ਰਹੇ? ਮੈਂ ਜਿਹੜੇ ਜਿਨ੍ਹਾਂ ਨੇ ਆ ਕੇ ਇੱਥੇ ਹਿੰਦੂ ਸਿੱਖ ਦਾ ਇੱਥੇ ਮਾਚਿਸ ਲਾਣੀ ਚਾਹੀ ਸੀ, ਜਿਹਦੇ ਕਰਕੇ ਇਹ ਸੱਤਾ ਹਾਸਿਲ ਕਰ ਗਏ, ਉਹਨਾਂ ਲੋਕਾਂ ਨੂੰ ਆ ਬੁਗਲੇ ਹੈ ਨਹੀਂ ਸਾਹਿਬ। BJP ਦੇ ਇਲਜ਼ਾਮ ਲੱਗਦੇ ਕਿ ਤੁਹਾਡੇ ਵਿਰੋਧੀ ਇਲਜ਼ਾਮ ਲਗਾਉਂਦੇ ਕਿ ਪੰਜਾਬ 'ਚ
ਹਿੰਦੂ ਸਿੱਖ ਇਹ ਕਰ ਰਹੇ, ਇਹ ਜਾਤ ਪਾਤ ਦੀ ਲੜਾਈ ਕਰਦੇ, ਤੁਹਾਡੇ ਇਲਜ਼ਾਮ ਲੱਗਦੇ ਨੇ? ਅੱਜ ਇੱਥੇ ਰਹਿਣ ਦਿਓ, ਇਸ ਤੇ ਗੱਲ ਕਰਾਂਗੇ ਕਿਹਨੇ ਕਿੱਥੇ ਕਿਹਨੇ ਜਾਤ ਪਾਤ ਦੀ ਗੱਲ ਕੀਤੀ, ਕੌਣ ਜਾਤ ਦੇ ਹੁਣ ਸਰਵੇ ਕਰਵਾ ਰਿਹਾ, ਕਿਹਨੇ ਇੱਥੇ ਕਿਹਾ ਵੀ ਇੱਥੇ ਜੇ ਹਿੰਦੂ ਬਣ ਗਿਆ ਅੱਗੇ ਆ ਗਿਆ ਤਾਂ ਅੱਗ ਲੱਗ ਜੂਗੀ, ਉਹ ਤੁਸੀਂ ਕਿਹਨੇ ਕੀਤਾ ਸੀਗਾ? ਉਹ ਗੱਲਾਂ ਤੁਹਾਡੇ ਵੇਲੇ ਰਾਹੁਲ ਗਾਂਧੀ ਔਰ ਕਾਂਗਰਸ ਦਾ ਉਸ ਵੇਲੇ ਦਾ, ਰਾਹੁਲ ਗਾਂਧੀ ਨੇ ਨਹੀਂ ਕਿਹਾ ਸਾਹਿਬ, ਇਹ ਜਿਹੜੇ ਬੁਗਲੇ ਬਣੇ ਫਿਰਦੇ ਹੈ ਇਹਨਾਂ ਨੇ ਕੰਮ ਚਾਲੂ ਕਰਵਾਇਆ, ਜਿਹੜੇ ਬੁਗਲੇ ਨਾ ਅੱਜ ਰੰਗ ਬਦਲ ਲਿਆ, ਪਹਿਲਾਂ ਤਾਂ ਰੰਗ ਬਿਰੰਗੀਆਂ ਪੱਗਾਂ, ਅੱਜ ਕੱਲ੍ਹ ਤਾਂ ਪੱਗ ਵੀ ਸਫੇਦ ਹੋਈ ਖੜੀ ਹੈ, ਬੁਗਲੇ ਬਣ ਗਏ ਇਕਦਮ ਸਾਫ, ਪਰ ਅੰਦਰੋਂ ਇੰਨੇ ਹੀ ਕਾਲੇ ਹੈ ਸਾਹਿਬ, ਅੰਦਰੋਂ ਨਫ਼ਰਤ ਭਰੀ ਇਹਨਾਂ ਦੇ ਦਿਲ ਦੇ ਅੰਦਰ, ਜ਼ਹਿਰ ਭਰਿਆ, ਇਹਦੇ ਕਰਕੇ ਉਹ ਜ਼ਹਿਰ ਪੰਜਾਬ ਦੀ ਫਿਜ਼ਾ 'ਚ ਨਾ ਘੁਲ ਜੇ, ਠੀਕ ਹੈ? ਇਹਦੇ ਕਰਕੇ ਦੀਵਾਨ ਟੋਡਰਮੱਲ ਜੀ ਦੀ ਆ ਜਿਹੜੀ ਹੈ ਜੋ ਉਹਨਾਂ ਨੇ ਕੀਤਾ, ਮੈਂ ਨਹੀਂ ਸਮਝਦਾ ਵੀ ਇਹਨੂੰ ਮੁੱਲ ਪਾਇਆ ਜਾ ਸਕਦਾ, ਵੀ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਸੀ, ਨਹੀਂ, ਪਰ ਇੱਕ ਭਾਵਨਾ ਜਿਹੜੀ ਹੈ ਉਸ ਸ਼ਹਾਦਤ ਦੇ ਤਰਫ ਉਹਨਾਂ ਨੇ ਨਮਨ ਕਰਦੇ ਹੋਏ ਵੀ ਉਹਨਾਂ ਨੇ ਤਾਂ ਸਾਰਾ ਵੰਸ਼ ਹੀ ਆਪਣਾ ਵਾਰਤਾ, ਤੇ ਮੈਂ ਜੇ ਇਸ ਪੈਸੇ ਦਾ ਸ਼ਰਫੀ ਦਾ ਕਰੂੰਗਾ ਕੀ ਸਾਹਿਬ, ਮੈਂ ਅਗਰ ਉਹਨਾਂ ਨੂੰ ਇੱਜ਼ਤ ਨਾਲ ਕੋਈ ਜਗ੍ਹਾ ਨਹੀਂ ਲੈ ਕੇ ਦੇ ਸਕਦਾ, ਤਾਂ ਇਸ ਭਾਵਨਾ ਦੀ ਕਦਰ ਕਰਦੇ ਹਾਂ ਸਾਹਿਬ, ਤੇ ਸਮਝਦੇ ਹਾਂ ਪੰਜਾਬ ਦੇ ਅੰਦਰ ਆਹ ਜਿਹੜਾ ਸਾਡਾ ਭਾਈਚਾਰਕ ਸਾਂਝ ਹੈ ਆਹ ਬਣੀ ਰਹੂਗੀ, ਇਸ ਦੀ ਇੱਕ ਛੋਟੀ ਜਿਹੀ ਭੇਂਟ ਉਹਨਾਂ ਦੇ ਸਾਹਮਣੇ ਅੱਜ ਉੱਥੇ ਮੰਚ ਤੇ ਉਹਨਾਂ ਨੂੰ ਕਰਾਂਗੇ। ਤਾਂ ਪ੍ਰਧਾਨ ਮੰਤਰੀ ਨੂੰ ਇਹ ਤਸਵੀਰ ਜਿਹੜੀ ਹੈ ਉਹ ਦਿੱਤੀ ਜਾਣੀ ਹੈ ਸੁਨੀਲ ਜਾਖੜ ਹੋਰਾਂ ਦੇ ਵੱਲੋਂ, ਦੀਵਾਨ ਟੋਡਰਮੱਲ ਹੋਰਾਂ ਦੀ, ਸਭ ਤੋਂ ਮਹਿੰਗੀ ਜ਼ਮੀਨ ਦੁਨੀਆ ਦੀ ਅੱਜ ਵੀ ਇਹ ਕਹੀ ਜਾਂਦੀ ਹੈ। ਚਾਰ ਸਾਹਿਬਜ਼ਾਦੇ ਜਦੋਂ ਉਸ ਵੇਲੇ ਸ਼ਹੀਦ ਹੋਏ ਸੀਗੇ ਤਾਂ ਉਸ ਵੇਲੇ ਸਾਹਿਬਜ਼ਾਦਿਆਂ ਦੇ ਲਈ ਇਹ ਜ਼ਮੀਨ ਜਿਹੜੀ ਉਹ ਖਰੀਦੀ ਗਈ ਸੀਗੀ। ਤਾਂ ਇਸ ਵੇਲੇ ਪ੍ਰਧਾਨ ਮੰਤਰੀ ਪਹੁੰਚ ਰਹੇ ਨੇ, ਉਸ ਤੋਂ ਪਹਿਲਾਂ ਕਿਸ ਤਰੀਕੇ ਦੀ ਤਸਵੀਰ ਹੈ, ਕਿਹੜੇ ਮਸਲੇ ਨੇ, ਗੱਲਬਾਤ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੋਰਾਂ ਨਾਲ ਕੀਤੀ ਆਪਣੇ ਸਹਿਯੋਗੀ ਅਮਨ ਦੇ ਨਾਲ, ਪੰਕਜ ਭਾਈ, ਨਿਊਜ਼ 18 ਜਲੰਧਰ।